ਅਸੀਂ ਸ਼ਹੀਦ ਹੋ ਜਾਵਾਂਗੇ, ਕੋਈ ਗੱਲ ਨਹੀਂ, ਬੱਚਿਆਂ ਦੀ ਖਾਤਰ ਸਾਡਾ ਬਾਪੂ ਸਾਡੇ ਲਈ ਸ਼ਹੀਦ ਹੋ ਗਿਆ, ਅਸੀਂ ਆਪਦੇ ਬੱਚਿਆਂ ਲਈ ਸ਼ਹੀਦ ਹੋ ਜਾਵਾਂਗੇ। ਝੰਡੀ ਲਾ ਕੇ ਇਕੱਲੇ ਹੀ ਨਿਕਲ ਜਾਂਦੇ ਸੀ, ਜਦੋਂ ਕਦੇ ਟੂਲ ਪਲਾਜ਼ਾ ਤੇ ਹਵੇਲੀ ਮੂਹਰੇ ਜਾਂ ਮੌਲ ਮੂਹਰੇ ਜਾਂਦੇ ਸੀ, ਜਦੋਂ ਨਹੀਂ ਕੋਈ ਸਾਥੀ ਮਿਲਦਾ ਇਕੱਲੇ ਹੀ ਚਲੇ ਜਾਂਦੇ ਸੀ। ਸ਼ੁਰੂ ਤੋਂ ਖੇਤੀਬਾੜੀ ਨਾਲ ਜੁੜੇ ਹੋਏ ਸੀਗੇ। 26 ਤਰੀਕ ਦੇ ਹੁਣ ਦਿੱਲੀ ਹੋਏ ਸੀਗੇ ਜੀ। ਹੁਣ ਜੋ ਇਹ ਕਾਨੂੰਨ ਆ ਕਾਲੇ ਵਾਪਸ ਲੈਣੇ ਚਾਹੀਦੇ ਮੋਦੀ ਸਰਕਾਰ ਨੂੰ, ਕਿਉਂਕਿ ਪਿੰਡ ਵਾਸੀਆਂ ਨੂੰ ਵੀ ਬਹੁਤ ਗੁੱਸੇ 'ਚ ਆ, ਸਾਡੇ ਕਿਸਾਨ ਭਰਾ ਦੀ ਡੈਥ ਹੋਈ ਆ, ਜੋ ਵੀ ਆ ਪਰਿਵਾਰ ਨੂੰ ਤਾਂ ਘਾਟਾ ਪੈਂਦਾ ਹੀ ਆ ਜੀ। ਜੀ ਉਹ ਦਿੱਲੀ ਧਰਨੇ 'ਤੇ ਗਏ ਸੀਗੇ, ਅੱਗੇ ਵੀ ਜਿੱਥੇ ਵੀ ਧਰਨੇ ਲੱਗਦੇ ਸੀਗੇ ਉੱਥੇ ਮੂਹਰੇ ਪਹੁੰਚਦੇ ਸੀਗੇ, ਅਤੇ ਉਹਨਾਂ ਨੂੰ ਕਈ ਦਿਨਾਂ ਤੋਂ ਉੱਥੇ ਠੰਡ ਲੱਗੀ ਹੋਣੀ। ਸਾਨੂੰ ਤਾਂ 11 ਤਰੀਕ ਨੂੰ ਹੀ ਪਤਾ ਲੱਗਿਆ ਜੀ, ਉਹਨਾਂ ਦੇ ਬੇਟਾ ਉਹਨਾਂ ਦੇ ਪੋਤਾ ਜੀ ਮਗਰ ਗਏ ਸੀਗੇ ਉਹਨਾਂ ਦੇ, ਜਦੋਂ ਕਈ 11 ਦਿਨ ਹੋ ਗਏ ਸੀ ਉਹਨਾਂ ਨੂੰ ਬੈਠਿਆਂ ਨੂੰ, ਉਹਨਾਂ ਦੇ ਮਗਰ ਗਏ ਸੀਗੇ ਟਰਾਲੀ ਲੈ ਕੇ। ਹਾਂਜੀ ਇਹ ਵੀ ਧਰਨੇ 'ਤੇ ਹੀ ਗਏ ਸੀਗੇ। ਸਾਨੂੰ ਇੱਦਾਂ ਹੀ ਫੋਨ ਕਰਦੇ ਸੀ, ਜਦੋਂ ਵੀ ਫੋਨ ਕਰਦੇ ਸੀ ਕਿ ਅਸੀਂ ਫਤਿਹ ਕਰਕੇ ਹੀ ਮੁੜਾਂਗੇ। ਮੌਤ ਉਹਨਾਂ ਦੀ ਕੁੰਡਲੀ ਬਾਰਡਰ 'ਤੇ ਹੋਈ ਆ ਜੀ। ਉਹਨਾਂ ਨੇ ਬਸ ਸਵੇਰੇ ਮਾੜਾ ਜਿਹਾ ਦਰਦ ਹੋਇਆ, ਵੀ ਉਹਨੂੰ ਇਹ ਮਹਿਸੂਸ ਹੋਇਆ ਵੀ ਮੈਨੂੰ ਵੀ ਜਾਣੇ ਕਿ ਵੀ ਦਰਦ ਹੁੰਦਾ, ਵੀ ਦਰਦ ਅਸੀਂ ਨਪਾਇਆ। ਉਸ ਤੋਂ ਬਾਅਦ ਉਹਨਾਂ ਨੇ ਸੋਨੀਪਤ ਕਲਤਾ, ਸੋਨੀਪਤ ਤੋਂ ਰੋਹਤਕ ਕਲਤਾ, ਰੋਹਤਕ ਜਾ ਕੇ ਸਰੀਰ ਛੱਡ ਗਏ ਜੀ। ਸਾਨੂੰ ਤਾਂ ਬਹੁਤ ਔਖਾ ਲੱਗਦਾ, ਅਸੀਂ ਤਾਂ ਜੋ ਵੀ ਖੇਤ 'ਚ ਕੰਮ ਕਰਦੇ ਸੀ ਉਹ ਮੂਹਰੇ ਲੱਗਦੇ ਸੀਗੇ ਸਾਡੇ। ਹਾਂਜੀ ਖੇਤੀਬਾੜੀ ਕਰਦੇ ਸੀਗੇ ਜਦੋਂ ਦਾ ਦੂਸ਼ਣ ਚੱਲਿਆ ਆ ਜੀ, ਉਦੋਂ 26 ਤਰੀਕ 'ਤੇ ਜਾਣ ਕੇ ਉੱਥੇ ਜੀ ਐਨ ਪੂਰਾ ਡਟ ਕੇ ਪਹਿਰਾ ਦਿੰਦੇ ਸੀ। ਹਾਂਜੀ ਜਾਵਾਂਗੇ, ਜਿੰਨਾ ਚਿਰ ਮੋਦੀ ਨਹੀਂ ਮੰਨਦਾ ਅਸੀਂ ਜ਼ਰੂਰ ਮਨਾਵਾਂਗੇ ਉਹਨਾਂ ਨੂੰ। ਹਾਂਜੀ ਜ਼ਰੂਰ ਜਾਵਾਂਗੇ, ਟਰਾਲੀ ਲੈ ਕੇ ਬੁੜੀਆਂ ਵੀ ਜਾਣਗੀਆਂ, ਅਸੀਂ ਵੀ ਜਾਵਾਂਗੇ ਨਾਲ, ਸਾਡੇ ਘਰ ਦੇ ਵੀ ਜਾਣਗੇ। ਜਿੰਨਾ ਚਿਰ ਨਹੀਂ ਮੰਨਦਾ ਅਸੀਂ ਉੱਥੇ ਹੀ ਰਹਾਂਗੇ, ਚਾਹੇ ਸਾਨੂੰ 6 ਮਹੀਨੇ ਬੈਠਣਾ ਪੈ ਜਾਵੇ ਉੱਥੇ। ਨਹੀਂ ਅਸੀਂ ਡਰਨਾ ਨਹੀਂ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਆਪਦੇ ਬੱਚਿਆਂ ਲਈ ਚੰਗਾ ਸੋਚਣਾ ਮੂਹਰੇ। ਸਾਡੇ ਬੱਚੇ ਭੁੱਖੇ ਮਰਨਗੇ ਜੇ ਕਾਨੂੰਨ ਨਾ ਰੱਦ ਹੋਏ। ਨੌਕਰੀ ਵੀ ਦੇਣੀ ਚਾਹੀਦੀ ਹੈ ਪਰਿਵਾਰ ਨੂੰ, ਬਾਕੀ ਹੋਰ ਸਹਾਇਤਾ ਵੀ ਦੇਣੀ ਚਾਹੀਦੀ ਹੈ ਜੋ ਇਹਨਾਂ ਦੇ ਸਰ ਕਰਜ਼ਾ ਵਾ, ਕਿਉਂਕਿ ਜ਼ਮੀਨ ਮਾਮਲੇ 'ਤੇ ਲੈ ਕੇ ਖੇਤੀ ਕਰਦੇ ਸੀਗੇ, ਥੋੜ੍ਹੀ ਬਹੁਤੀ ਆਪਦੀ ਹੈ ਜੀ। ਕਰਜ਼ਾ ਪਰਿਵਾਰ ਦੇ ਵਿੱਚ ਜੀ ਹੈਗਾ 2-2.5 ਲੱਖ ਰੁਪਈਆ, ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਅਤੇ ਬਾਕੀ ਊਂ ਵੀ ਸਰਕਾਰ ਕੰਨਿਓ ਸਹਾਇਤਾ ਮਿਲਣੀ ਚਾਹੀਦੀ ਅਤੇ ਨੌਕਰੀ ਵੀ ਮਿਲਣੀ ਚਾਹੀਦੀ ਇੱਕ ਪਰਿਵਾਰ ਨੂੰ, ਇੱਕ ਜਣੇ ਨੂੰ। ਅਸੀਂ ਘਰ ਦੇ 3 ਮੈਂਬਰ 3 ਜੀ ਫਿਰ ਜਾਵਾਂਗੇ ਜੀ ਉੱਥੇ, ਪੂਰਾ ਡਟਾਂਗੇ ਜਾ ਕੇ ਜੀ। ਅਸੀਂ ਉੱਥੇ ਜਾਣ ਕੇ ਪਹੁੰਚਣਾ ਹੀ ਪਹੁੰਚਣਾ ਜੀ, 3 ਪਰਿਵਾਰ ਦੇ ਮੈਂਬਰਾਂ ਨੇ, ਪਹਿਲਾਂ ਵੀ 3 ਸੀ ਹੁਣ ਵੀ 3 ਨੇ, ਜਾ ਕੇ ਉੱਥੇ ਫਿਰ ਡਟਣਾ ਇਹਨੂੰ ਪੂਰਾ।